ਸਾਡਾ ਗੋਬੀਪੁਰ ਜ਼ਿਲ੍ਹਾ ਕਪੂਰਥਲਾ ਜੀ ਰਹਿਣ ਵਾਲੇ ਸੀ। ਸਾਡੇ ਸ਼ਾਦੀ ਹੋਈ ਨੂੰ 20 ਸਾਲ ਹੋ ਗਏ ਜੀ। 20 ਸਾਲਾਂ ਤੋਂ ਬਾਅਦ ਅਸੀਂ ਮਤਲਬ ਬਹੁਤ ਥਾਂ ਘੁੰਮੇ, ਡਾਕਟਰਾਂ ਕੋਲ ਵੀ, ਸਿਆਣਿਆਂ ਕੋਲ ਵੀ, ਕੋਈ ਵੀ ਸਾਡਾ ਟ੍ਰੀਟਮੈਂਟ ਨਹੀਂ ਸਹੀ ਹੋਇਆ। ਫਿਰ ਸਾਨੂੰ ਪਤਾ ਲੱਗਦਾ ਲੱਗਿਆ ਫਿਰ ਅਸੀਂ ਡਾਕਟਰ ਵਰਦਾਨ ਕੋਲ ਆਏ। ਇੱਥੇ ਆਉਂਦਿਆਂ ਮਤਲਬ ਅਸੀਂ ਇਹਨਾਂ ਨੂੰ ਦੱਸੀ ਕਹਾਣੀ, ਜੋ ਵੀ ਇਹਨਾਂ ਨੇ ਸਾਡੇ ਟੈਸਟ ਲੈ ਜਾ ਜੋ ਵੀ ਕੀਤਾ, ਮਤਲਬ ਸਾਨੂੰ ਪਹਿਲੇ ਮਹੀਨੇ 'ਚ ਹੀ ਫਾਇਦਾ ਹੋ ਗਿਆ। ਮਾਲਕ ਨੇ ਸਾਡੇ ਘਰ 20 ਸਾਲਾਂ ਬਾਅਦ ਖੁਸ਼ੀ ਲਿਆਂਦੀ। ਇਸ ਟਾਈਮ ਸਾਡੇ ਕੋਲ ਗੁੜੀਆ ਅਤੇ ਬੇਟਾ ਵਾ ਜੀ। ਅਤੇ ਹੋਰ ਅਸੀਂ ਤਾਂ ਰੱਬ ਗਾੜੀ ਇਹੀ ਦੁਆ ਕਰਦੇ ਹਾਂ ਵੀ ਪਰਮਾਤਮਾ ਇਹਨਾਂ ਨੂੰ ਬਹੁਤ ਹੀ ਜਿੱਦਾਂ ਦੇ ਇਹਨੇ ਲੈਣਾ ਬਹੁਤ ਹੀ ਵਧੀਆ, ਇਦੋਂ ਅੱਗੇ ਤੋਂ ਚੰਗੀ ਅਤੇ ਵਧੀਆ ਡਾਕਟਰ ਇੱਦਾਂ ਦੇ ਬਣ ਮਿਲਣ ਵੀ ਹਰ ਬੰਦੇ ਨੂੰ ਫਾਇਦਾ ਹੋਵੇ, ਕੋਈ ਬੰਦਾ ਆਪਣੇ ਇਸ ਬੱਚਿਆਂ ਤੋਂ ਵਾਂਝਾ ਨਾ ਜਾਵੇ, ਹਰ ਬੰਦੇ ਨੂੰ ਸੁੱਖ ਮਿਲਣਾ ਚਾਹੀਦਾ ਬੱਚਿਆਂ ਦਾ। ਇਹ ਬਹੁਤ ਵੱਡੀ ਦੇਣ ਵਾ ਕਿ ਜਿਹਨਾਂ ਨੂੰ ਫਾਇਦਾ ਹੁੰਦਾ ਇਹਨਾਂ ਨੂੰ ਆਇਆ। ਅਸੀਂ ਤਾਂ ਇਹਨਾਂ ਗਾੜੀ ਪਰਮਾਤਮਾ ਗਾੜੀ ਇਹੀ ਦੁਆ ਕਰਦੇ ਹਾਂ ਵੀ ਜਿੱਦਾਂ ਸਾਨੂੰ ਮਿਲਿਆ ਹੋਰ ਲੋਕਾਂ ਨੂੰ ਵੀ ਜਿਹੜੇ ਆਉਂਦੇ ਉਹਨਾਂ ਨੂੰ ਵੀ ਇੱਦਾਂ ਹੀ ਫਾਇਦਾ ਹੋਵੇ, ਕੋਈ ਵੀ ਮਤਲਬ ਖਾਲੀ ਨਾ ਜਾਵੇ। ਬਾਕੀ ਜਦੋਂ ਅਸੀਂ ਇਹਨਾਂ ਦੇ ਹੋਸਪਿਟਲ 'ਚ ਆਏ ਹਾਂ, ਇਹਨਾਂ ਦੇ ਜਿਹੜੇ ਰਹਿਣ ਸਹਿਣ ਦੀ ਸੀ ਉਹ ਵੀ ਬਹੁਤ ਸਾਨੂੰ ਵਧੀਆ ਲੱਗੀ, ਕੋਈ ਕਮੀ ਨਹੀਂ ਸਾਨੂੰ ਦਿਖੀ। ਅਸੀਂ ਮਤਲਬ ਕਈ ਵਾਰੀ ਘਰਦਿਆਂ ਨੂੰ ਇਕੱਲਿਆਂ ਨੂੰ ਵੀ ਛੱਡ ਜਾਂਦੇ ਸੀ, ਮਤਲਬ ਇੱਥੇ ਹਸਬੈਂਡ ਨੂੰ ਨਹੀਂ ਰਹਿਣ ਦਿੰਦੇ, ਇਕੱਲੇ ਲੇਡੀਜ਼ ਨੂੰ ਹੀ ਰੱਖਦੇ ਸੀ। ਅਤੇ ਕਈ ਵਾਰੀ 2 ਦਿਨ ਜਾਂ 3 ਦਿਨ ਦੀ ਲੋੜ ਪੈਂਦੀ ਸੀ, ਇਕੱਲੇ ਹੀ ਰਹਿੰਦੇ ਸੀ। ਇਹਨਾਂ ਦਾ ਰਹਿਣ ਸਹਿਣ ਦਾ ਵੀ, ਦੇਖਣ ਚੱਕਣ ਦਾ ਵੀ ਬਹੁਤ ਵਧੀਆ ਤਰੀਕਾ ਸੀ, ਕੋਈ ਮਤਲਬ ਕਮੀ ਨਹੀਂ ਸਾਨੂੰ ਦਿਖੀ।